सुप्रीम कोर्ट दे SYL दे दिते फैसले नू लेके किते ना किते कैप्टन सरकार नरम पैंदी नजर आ रही है। ये कहना है हलका सनौर दे विधायक हरिंदरपाल सिंह चंदू माजरा दा, जिन्हां दे अनुसार पहला भी कांग्रेस ने ही नहर दे लई टक लगाया सी, अते हुण भी किते ना किते फैसले नू लेके कांग्रेस नरम नजर आ रही है। उन्होंने साफ किया कि जेकर कैप्टन अमरिंदर सिंह SYL नू लेके ठोस कदम चुकते ने तां सारियां पार्टियां उन्हां दे नाल ने। दूजे पासे उन्होंने सुप्रीम कोर्ट दे वल्लों दित्ते गए फैसले ते भी हैरानी प्रगटाई है। ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਜੀ ਹੁਣੀ ਤੱਕ ਕੋਈ ਮੈਂ ਸਮਝਦਾ ਇਖਲਾਕ ਹੀ ਨਹੀਂ ਰੱਖਦੇ, ਕਿਉਂਕਿ ਜੇ SYL ਦਾ ਟੱਕ ਲੱਗਿਆ ਤਾਂ ਕੈਪਟਨ ਸਾਹਿਬ ਵੱਲੋਂ ਦਿੱਤੀਆਂ ਹੋਈਆਂ ਕਹੀਆਂ ਦੇ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਨੇ ਪੰਜਾਬ ਦੀ ਹਿੱਕ ਦੇ ਉੱਤੇ ਲਾਇਆ। ਅਤੇ ਅੱਜ ਬਹੁਤ ਵੱਡੀ ਲੋੜ ਆ ਪਾਣੀ ਪੰਜਾਬ ਦੀ, ਪੰਜਾਬ ਕੋਲ ਇੱਕ ਬੂੰਦ ਫਾਲਤੂ ਪਾਣੀ ਨਹੀਂ ਹੈਗਾ ਅਤੇ ਪੰਜਾਬ ਦਾ ਕਿਸਾਨ ਦੇਸ਼ ਦਾ ਢਿੱਡ ਭਰ ਰਿਹਾ ਅਤੇ ਉਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਅਨਿਆਏ ਹੋਊਗਾ। ਅਤੇ ਵੈਸੇ ਵੀ ਅਸੀਂ ਜਿਹੜੀ ਮੰਗ ਰਹੇ ਹਾਂ ਇਹ ਮੰਗ ਅਸੀਂ ਕਾਨੂੰਨ ਅਤੇ ਸਿਧਾਂਤਾਂ ਦੇ ਅਨੁਸਾਰ ਮੰਗ ਰਹੇ ਹਾਂ ਕਿ ਸੰਸਾਰ ਦਾ, ਇਕੱਲੇ ਹਿੰਦੁਸਤਾਨ ਦਾ ਨਹੀਂ, ਪੰਜਾਬ ਦਾ ਨਹੀਂ, ਇਹ ਸੰਸਾਰ ਦਾ ਲੋ ਆ ਇੱਕ ਪਾਣੀਆਂ ਦੇ ਮੁੱਦੇ ਦੇ ਉੱਤੇ, ਰਾਇਪੇਰੀਅਨ ਲੋ, ਕਿ ਜਿਸ ਸੂਬੇ ਦੇ ਵਿੱਚ ਦੀ ਜਿਸ ਧਰਤੀ ਦੇ ਉੱਤੇ ਉਹਦੀ ਦਰਿਆ ਲੰਘਦੇ ਹੁੰਦੇ ਨੇ ਉਹਨਾਂ ਦਰਿਆਵਾਂ ਦੇ ਉੱਤੇ ਉਸ ਧਰਤੀ ਦਾ ਹੱਕ ਹੁੰਦਾ ਅਤੇ ਉਸ ਦੇ ਅਧੀਨ ਹੀ ਪੰਜਾਬ ਇਹਨਾਂ ਪਾਣੀਆਂ ਦੇ ਉੱਤੇ ਆਪਣਾ ਹੱਕ ਜਿਤਾ ਰਿਹਾ। ਪਹਿਲਾਂ ਪੰਜਾਬ ਤੋਂ ਪੰਜਾਬ ਦੀ ਰਾਜਧਾਨੀ ਖੋਹੀ ਗਈ, ਪੰਜਾਬੀ ਬੋਲਦੇ ਇਲਾਕੇ ਖੋਹੇ ਗਏ, ਪੰਜਾਬ ਦਾ ਪਾਣੀ ਪਹਿਲਾਂ ਵੀ ਖੋਹਿਆ ਗਿਆ, ਪਰ ਮੈਂ ਸਮਝਦਾ ਵੀ ਹੁਣ ਤਾਂ ਇਹ ਬਹੁਤ ਵੱਡਾ ਅਨਿਆਏ ਹੋਊਗਾ। ਜਿਸ ਸੂਬੇ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ, ਜਿਸ ਸੂਬੇ ਦੀ ਬਦੌਲਤ ਅੱਜ ਦੇਸ਼ ਦੇ ਹੁਕਮਰਾਨ ਸੱਤਾ ਦਾ ਨਿੱਘ ਮਾਣ ਰਹੇ ਨੇ, ਜਿਸ ਸੂਬੇ ਦੀ ਬਦੌਲਤ ਕਾਂਗਰਸ ਨੇ 65 ਸਾਲ ਇਸ ਮੁਲਕ 'ਤੇ ਰਾਜ ਕੀਤਾ, ਉਹ ਸੂਬੇ ਦੇ ਲੋਕਾਂ ਦਾ ਬਹੁਤ ਵੱਡਾ ਧੱਕਾ ਐਮਰਜੈਂਸੀ ਦੇ ਦਿਨਾਂ ਦੌਰਾਨ ਸ਼੍ਰੀਮਤੀ ਇੰਦਰਾ ਗਾਂਧੀ ਨੇ ਕੀਤਾ। ਅਤੇ ਮੈਂ ਸਮਝਦਾ ਵੀ ਵੈਸੇ ਵੀ ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ SYL ਦੀ ਜ਼ਮੀਨ ਦਾ ਡੀ ਨੋਟੀਫਾਈ ਹੋ ਚੁੱਕੀ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਡੀ ਨੋਟੀਫਾਈ ਕਰ ਦਿੱਤੀ ਅਤੇ ਹੁਣ ਉਹਨਾਂ ਨੂੰ ਅੱਗੇ ਇਹਦੀ ਕੋਈ ਬੁਕਤ ਹੀ ਨਹੀਂ ਰਹਿ ਜਾਂਦੀ, ਅੱਗੇ ਕੋਈ ਮਾਇਨੇ ਨਹੀਂ ਰਹਿੰਦਾ ਹੈਗਾ SYL। ਤੁਹਾਨੂੰ ਵੀ ਲੱਗਦਾ ਕਿ ਕੈਪਟਨ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ SYL ਨੂੰ ਲੈ ਕੇ ਥੋੜ੍ਹੀ ਨਰਮ ਦਿਖ ਰਹੀ ਹੈ ਸੁਪਰੀਮ ਕੋਰਟ ਦੇ ਅੱਗੇ ਜਾ? ਬਿਲਕੁਲ ਜੀ, ਮੈਂ ਤਾਂ ਹੀ ਤਾਂ ਕਹਿ ਰਿਹਾ ਵੀ ਕੈਪਟਨ ਅਮਰਿੰਦਰ ਸਿੰਘ ਹੁਣੀ ਕਾਣੇ ਨੇ ਇਸ ਮਸਲੇ ਦੇ ਵਿੱਚ, ਕਿਉਂਕਿ ਜਿਨ੍ਹਾਂ ਦੇ ਹੱਥੋਂ ਟੱਕ ਲੱਗੇ ਹੋਣ, ਜਿਨ੍ਹਾਂ ਦੇ ਹੱਥੋਂ ਇਹ ਗੁਨਾਹ ਹੋਇਆ ਵਾ ਹੋਵੇ ਅਤੇ ਉਹ ਸਖਤ ਕਿਵੇਂ ਹੋ ਸਕਦੇ ਨੇ, ਅਤੇ ਇਹੀ ਕਾਰਨ ਆ ਉਹਨਾਂ ਦੀ ਨਰਮੀ ਦਾ ਵੀ ਇਹੀ ਕਾਰਨ ਆ। ਪਰ ਅਸੀਂ ਮੈਂ ਸਮਝਦਾ ਵੀ ਅੱਜ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਊਗੀ, ਅਤੇ ਸ਼੍ਰੋਮਣੀ ਅਕਾਲੀ ਦਲ ਜਦੋਂ ਉਹ ਬਤੌਰ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਨਿਭਾਉਣਗੇ, ਅਸੀਂ ਉਹਨਾਂ ਦੇ ਨਾਲ ਇੱਕ ਪੰਜਾਬੀ ਹੋਣ ਦੇ ਨਾਤੇ, ਪੰਜਾਬੀਆਂ ਦੀ ਨੁਮਾਇੰਦਾ ਜਮਾਤ ਹੋਣ ਦੇ ਨਾਤੇ ਉਹਨਾਂ ਦੇ ਨਾਲ ਖੜਾਂਗੇ, ਪਰ ਬਸ਼ਰਤੇ ਉਹ ਅੱਗੇ ਹੋ ਕੇ ਨਿਤਰਨ ਉਹਨਾਂ ਲੋਕਾਂ ਨੂੰ ਗੁਨਾਹਗਾਰ ਠਹਿਰਾਉਣ ਜਿਨ੍ਹਾਂ ਲੋਕਾਂ ਦੀ ਬਦੌਲਤ ਇਹ ਨਹਿਰ ਸ਼ੁਰੂ ਹੋਈ। ਅਤੇ ਮੈਂ ਸਮਝਦਾ ਵੀ ਫਿਰ ਕੁਦਰਤੀ ਰੂਪ ਵਿੱਚ ਅਸੀਂ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਦੀ ਪੈਰਵਾਈ ਕਰਾਂਗੇ। ਸੁਪਰੀਮ ਕੋਰਟ ਨੇ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ 2 ਮਹੀਨਿਆਂ ਦੇ ਵਿੱਚ ਜਿਹੜਾ ਹੈਗਾ ਜਾਂ ਤਾਂ ਆਪਾਂ 'ਚ ਕੋਈ ਸਮਝੌਤਾ ਕਰ ਲੈਣ ਜਾਂ ਫਿਰ ਜਿਹੜੀ ਹੈਗੀ ਹੈ ਨਹਿਰ ਨੂੰ ਬਣਾਉਣ, ਉਸ ਤੋਂ ਬਾਅਦ ਦੇਖਾਂਗੇ ਕਿ ਪਾਣੀ ਦੇਣਾ ਜਾਂ ਨਹੀਂ ਦੇਣਾ ਹੈਗਾ। ਦੇਖੋ ਇਹ ਤਾਂ ਮੈਂ ਸਮਝਦਾ ਆਪਣੇ ਆਪ 'ਚ ਬੜਾ ਚੰਬੇ ਵਾਲਾ ਫੈਸਲਾ। ਪਹਿਲੀ ਗੱਲ ਜਿਹੜਾ ਸਮਝੌਤੇ ਵਾਲੀ ਗੱਲ ਆ, ਸਮਝੌਤੇ ਤੋਂ ਕੋਈ ਨਹੀਂ ਪਿੱਛੇ ਹੋ ਸਕਦਾ, ਕੋਈ ਸਿਆਣੀ ਧਿਰ ਸਮਝੌਤੇ ਤੋਂ ਪਿੱਛੇ ਨਹੀਂ ਹਟ ਸਕਦੀ। ਪਰ ਸਮਝੌਤਾ ਕਿਸੇ ਤਰਕ 'ਤੇ ਹੋਵੇ, ਸਮਝੌਤਾ ਕਿਸੇ ਆਧਾਰ ਦੇ ਉੱਤੇ ਹੋਵੇ, ਅਸੀਂ ਕਹਿ ਸਕਦੇ ਹਾਂ ਵੀ ਪਾਣੀਆਂ ਦੇ ਮੁੱਦੇ ਦੇ ਉੱਤੇ ਗੱਲਬਾਤ ਹੀ ਨਹੀਂ ਕੀਤੀ ਜਾ ਸਕਦੀ। ਪਾਣੀਆਂ ਦੇ ਉੱਤੇ ਤਾਂ ਸਾਨੂੰ ਰੋਇਲਟੀ ਦੀ ਲੋੜ ਆ, ਜਿਹੜਾ ਪਾਣੀ ਸਾਡਾ ਹੁਣ ਵੀ ਜਾ ਰਿਹਾ ਉਹ 'ਤੇ ਸਾਨੂੰ ਰੋਇਲਟੀ ਦੇਣ, ਇਹ ਹੋਰ ਬੂੰਦ ਪਾਣੀ ਅਸੀਂ ਕਿਵੇਂ ਦੇ ਦਾਂਗੇ? ਅਤੇ ਜੇ SYL ਮੰਨ ਗਈ, ਇਹ ਮਾਨਯੋਗ ਅਦਾਲਤ ਦਾ ਫੈਸਲਾ ਸਮਝ ਨਹੀਂ ਆ ਰਿਹਾ, ਹਜੇ ਸਮਝਣ ਨੂੰ ਸਮਾਂ ਲੱਗੇਗਾ ਵੀ ਜੇ ਪਾਣੀ ਬਾਅਦ 'ਚ ਫੈਸਲਾ ਹੋਣਾ, ਫਿਰ ਉਸ ਸਮੇਂ ਤੱਕ ਆਪਾਂ ਇੰਨਾ ਵੱਡਾ 1000 ਕਰੋੜਾਂ ਰੁਪਇਆ, ਜਦੋਂ ਗਰੀਬ ਜਿਸ ਦੇਸ਼ ਵਿੱਚ ਭੁੱਖੇ ਮਰਦੇ ਹੋਣ, ਗਰੀਬਾਂ ਨੂੰ ਰਹਿਣ ਵਾਸਤੇ ਮਕਾਨ ਨਾ ਹੋਵੇ, ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੋਵੇ, ਤੁਸੀਂ 1000 ਅਰਬਾਂ ਕਰੋੜ ਰੁਪਏ ਇੱਕ ਨਹਿਰ 'ਤੇ ਲਾ ਦਿਓ ਅਤੇ ਫਿਰ ਕਹੋ ਵੀ ਇਹਦਾ ਫੈਸਲਾ ਪਾਣੀ ਇਹ 'ਚ ਭੇਜਣਾ ਜਾਂ ਨਹੀਂ ਭੇਜਣਾ, ਉਹ ਤਾਂ ਬਾਅਦ ਵਿੱਚ ਹੋਊਗਾ। ਮੈਂ ਸਮਝਦਾ ਇਹ ਫੈਸਲੇ ਨੂੰ ਸਮਝਣ ਨੂੰ ਸਮਾਂ ਲੱਗੂਗਾ। ਅਤੇ ਇਹ ਵੀ ਸਾਡੀ ਤਰਾਸਦੀ ਅੱਜ ਕਿ ਜਿਸ ਤਰੀਕੇ ਨਾਲ ਸਾਡੀਆਂ ਚੁਣੀਆਂ ਹੋਈਆਂ ਜਿਹੜੀਆਂ ਸੰਸਥਾਵਾਂ ਨੇ, ਇਹ ਲੋਕ ਰਾਜ ਦੇ ਵਿੱਚ ਸੁਪਰੀਮ ਹੁੰਦੀਆਂ ਨੇ। ਜਦੋਂ ਪੰਜਾਬ ਦੀ ਵਿਧਾਨ ਸਭਾ ਨੇ ਮਤਾ ਹੀ ਪਾਸ ਕਰ ਦਿੱਤਾ ਕਿ SYL ਦੀ ਜਿਹੜੀ ਜ਼ਮੀਨ ਆ ਉਹ ਡੀ ਨੋਟੀਫਾਈ ਕਰਤੇ ਆ, ਉਹਦੀ ਐਕੁਜੀਸ਼ਨ ਦਾ ਫੈਸਲਾ ਡੀ ਨੋਟੀਫਾਈ ਕਰਤੇ ਆ, ਫਿਰ SYL ਬਣਾਵਾਂਗੇ ਕਿੱਥੇ? ਅਸੀਂ ਫਿਰ SYL ਬਣਾਵਾਂਗੇ ਕਿੱਥੇ, ਕਿੱਥੋਂ ਦੀ ਕੱਢਾਂਗੇ ਜਦੋਂ ਜ਼ਮੀਨ ਹੀ ਨਹੀਂ ਹੈਗੀ SYL ਦੀ? ਅਤੇ ਸਭ ਤੋਂ ਸਰਵਉੱਚ ਜਿਹੜੀਆਂ ਹੁੰਦੀਆਂ ਲੋਕਾਂ, ਲੋਕ ਰਾਜ ਦੇ ਵਿੱਚ ਲੋਕ ਸਰਵਉੱਚ ਹੁੰਦੇ ਨੇ, ਅਤੇ ਲੋਕਾਂ ਦੀਆਂ ਚੁਣੀਆਂ ਹੋਈਆਂ ਸੰਸਥਾਵਾਂ ਦੇ ਫੈਸਲਿਆਂ ਦੇ ਅੱਗੇ ਮੈਂ ਸਮਝਦਾ ਉਹਨਾਂ ਵਿੱਚ ਦਖਲ ਅੰਦਾਜ਼ੀ ਨਹੀਂ ਕਿਸੇ ਨੂੰ ਵੀ ਕਰਨੀ ਚਾਹੀਦੀ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।